हेलो गाइस, सत श्री अकाल सारिआं नूं। किवें हो तुसीं सारे? होप सो तुसीं सारे ठीक ही होवोगे। ठंड दे चलदिआं, ठंड बहुत ही ज़्यादा हो चुकी है, साढ़े तां ठंड बहुत ही ज़्यादा पै रही है। तुहाडे दसो किवें आ मौसम सारिआं दे? इत्थे तां बहुत ज़्यादा धुंद, बहुत ही ज़्यादा धुंद पै रही है। मैं तां ना पहली हरी इन्नी ठंड वेखी है जिंदगी दे विच, क्योंकि मैं पहला शहर च रहिंदी सीगी, ते शहरां दे विच तां सारे घर ही कवर हुंदे आ, उत्थे तां धुंद वेखण नूं मिलदी है जे छतां दे उत्ते चढ़दे आ तां। हुण इत्थे तां इन्ने वड्डे पिंड दे विच घर वड्डे हुंदे आ, वेहड़े वड्डे खुल्ले हुंदे आ, धुंद ऐ खड़ी रहिंदी है जिवें बदल असमान दे उत्तों नीचे आ गए हुंदे आ, ऐ ही हुंदी आ। बहुत ज़्यादा ठंड आ पिंड दे विच तां। इक साडा घर खेत दे विच आ, तां करके ठंड बहुत ही ज़्यादा आ। सो कैप्स वगैरह लै के रखणियां पैंदियां। तुसीं वी सारे ठंड तों बच के रहो। और अज दे सारे काम मैं नबेड़ दित्ते आ, ते अज सीगा सैशन बूटे लाउण दा। सिमरन कहिंदी अज आपां बूटे लाउणे आ। मैं क्या चल पहला मैं आपदे काम नबेड़ ला, तुसीं आपदे लाओ बूटे, ते मैं करदी आं नाले ब्लॉग शुरू अज दा। चलो देखते हैं, आपदे काम आपां नबेड़ दित्ते आ, ते ब्लॉग भी आपां शुरू कर लिया हैगा, ते विधानसभा दीआं चोणां भी सच शुरू हो गईआं, चल रही है न्यूज़। ते आपां हुण मिलदे आं चल के सिमरन नूं, देखते हैं की कारगुजारी कर रहे हैं। मैनू तां ऑर्डर देता सीगा करो तुसीं आपदे काम, मैं आपदे करदा काम। मैं क्या ठीक है चलो मैं आपदे काम नबेड़ते आ। वेखी हुण लाते कि नहीं बूटे, बट के उन्होंने गमलिया च लाने सीगे। एक तां आ तां लाता बूटा, वेरी गुड सरपंच दा, एक आ लाता पट के। आ किवें इत्थे पानी सिमरन इन्ना निकलिया पिया? ਕਿਹੜੀ ਬਾਲਟੀ ਡੁੱਲ ਗਈ? ਇਹ ਤਾਂ ਮੀਂਹ ਆਉਂਦਾ ਜਦੋਂ ਉਦੋਂ ਖੜਦਾ ਹੁੰਦਾ। ਕੋਟ ਵੀ ਲਾ ਕੇ ਰੱਖਿਆ ਪਿਆ, ਕੀ ਕਰੀ ਜਾਂਦੇ ਹੋ? ਹੈ ਕੀ ਕਰੀ ਜਾਂਦੇ ਹੋ? ਵਾਟ ਆਰ ਯੂ ਡੂਇੰਗ? ਬਾਲਟੀ ਡੁੱਲ ਗਈ ਮੇਰੇ ਤੋਂ। ਕਿਹੜੀ ਬਾਲਟੀ ਡੁੱਲ ਗਈ? ਆ ਬਾਲਟੀ ਗਰਮ ਪਾਣੀ ਕਾ ਤੋ ਚੁੱਕਿਆ ਹੋਇਆ। ਗਰਮ ਪਾਣੀ बूटा पट के लाउंदा सीगा, इत्थे बूटा ही जदों मारी गई ते पैप वड्डी गई। ਇਹ ਪੈਪ ਕਿੱਥੋਂ ਆਉਂਦੀ ਸੀਗੀ? ਇਹ ਟੈਂਕੀ ਤੋਂ ਆਉਂਦੀ ਥੱਲੇ ਨੂੰ, ਇਹ ਉਧਰਲੀ ਟੈਂਕੀ ਦੀ। ਵਾਟਰ ਸਪਲਾਈ ਦਿੱਤੀ ਵੀ ਆ ਇੱਥੇ ਥੱਲੇ, ਉਹ ਵਾਟਰ ਸਪਲਾਈ ਦੀ ਪੈਪ ਮੇਰੇ ਤੋਂ ਵੱਢੀ ਗਈ। ਸ਼ਾਬਾਸ਼। ਇਹਨਾਂ ਮੈਂ ਛੱਤ ਤੇ ਜਾਣ ਕੇ ਗੇਟ ਬੰਦ ਕਰਕੇ ਆ, ਕਿਉਂਕਿ ਪਾਣੀ ਪਾਣੀ ਹੋ ਗਿਆ ਸੀ ਇੱਥੇ। ਮੈਂ ਕਿਹਾ ਨਵੂ ਤਾਂ ਅੰਦਰ, ਮੈਂ ਜਦੋਂ ਕੱਪੜੇ ਧੋਈ ਜਾਂਦੀ ਸੀ, ਕੱਪੜੇ ਧੋ ਕੇ ਤੁਸੀਂ ਅੰਦਰ ਵੜ ਗਏ ਸੀ, ਉਦੋਂ ਵੱਢੀ ਗਈ। ਮੈਂ ਕਿਹਾ ਚਲੋ ਨਵੂ ਸਫਾਈਆਂ ਕਰਦੀ ਆ। ਸ਼ਾਬਾਸ਼ ਤੁਹਾਡੇ। ਮੈਂ ਉਹਨੇ ਬੂਟਾ ਲਾ, ਮੈਨੂੰ ਵੀ ਨਹੀਂ ਦੱਸਿਆਗਾ ਬੂਟਾ ਲਾ। ਮੈਂ ਕਹੀ ਨਹੀਂ ਇੰਨਾ ਪਾਣੀ, ਅੱਜ ਕਿਧਰੋਂ ਮੀਂਹ ਪੈ ਗਿਆ, ਫੇਰ ਹੱਦ ਹੀ ਹੋ ਗਈ। ਚੁੱਡੇ ਚੰਟੇ ਗਏ ਤੁਸੀਂ। ਸ਼ਾਬਾਸ਼ ਪੁੱਪ। ਹੁਣ ਇਹਦਾ ਕੀ ਕਰੋਗੇ? ਜੋੜਦਾ ਇਹਨੂੰ ਮੈਂ ਸਮਾਨ ਲੈਣ ਦਾ। ਪਹਿਲਾਂ ਮੈਂ ਸੋਚਿਆ ਮਿਸਤਰੀ ਲੱਭਾਂ, ਹੁਣ ਜੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਪਾਪਾ ਨੂੰ ਕਰ, ਤੂੰ ਆਪ ਨਾ ਕਰੀ, ਮਿਸਤਰੀ ਬੁਲਾ ਲਾ, ਤੋੜ ਦੇਂਗਾ ਸਾਰਾ ਕੁਛ। ਦੱਸਿਆ ਸੀ ਉੱਧਰ ਕਿ ਨਹੀਂ? ਕਿਸੇ ਨੂੰ ਦੱਸਿਆ ਮੈਂ? ਚੋਰੀ ਫੜੀ ਗਈ ਫਿਰ ਤਾਂ ਤੁਹਾਡੀ, ਮੈਂ ਅਚਾਨਕ ਹੀ ਵੇਖ ਲਿਆ। ਨਹੀਂ ਤੁਸੀਂ ਲਾ ਕੇ ਹੀ ਦੱਸਣਾ ਸੀ ਮੈਨੂੰ ਵੀ ਕਰਤਾ ਕਾਂਡ, ਲਿਆ ਕੇ ਦਊ ਮੈਨੂੰ ਵੀ ਕਾਂਡ ਵੀ ਕਰਤਾ, ਤੇ ਮੈਂ ਸੈੱਟ ਵੀ ਕਰਤਾ ਨਾ। ਹੋਰ
ਕਪੜਾ ਲਿਆ ਦੋ ਮੈਨੂੰ। ਇਹ ਹੈ ਜੀ ਮਹਾਨ ਸ਼ਖਸੀਅਤ ਜਿਹਨੇ ਅੱਜ ਸਵੇਰ ਸਵੇਰ ਕਰਤਾ ਨੁਕਸਾਨ। ਨੁਕਸਾਨ ਕਿਉਂ? ਮੈਂ ਟਿਊਸ਼ਨ ਵਾਲੇ ਬੱਚੇ ਵੀ ਪੜ੍ਹਾਏ ਸੀ ਤੇ ਮੈਂ ਵੀ ਤਾਂ ਪੜ੍ਹਾਏ ਸੀ ਤੇ ਮੈਂ ਕੱਪੜੇ ਵੀ ਧੋਤੇ ਨਾਲ ਨਾਲ ਰੋਟੀ ਵੀ ਬਣਾਈ ਆ। ਚਲੋ ਕੋਈ ਨਾ, ਉਹਦਾ ਮੈਨੂੰ ਉਹਨੇ ਦੁਕਾਨਾਂ ਨੇ ਦੱਸਤਾ ਕੀ ਕਹਿੰਦਾ। ਉਹ ਕਹਿੰਦਾ ਬਸ ਕਰਨਾ ਕੀ ਆ, ਪੈਪ ਦੇ ਤੀ ਉਹਨੇ। ਉਹ ਕਹਿੰਦਾ ਗਰਮ ਪਾਣੀ ਪਾ ਕੇ ਦੋਨੇ ਪਾਸੇ ਪੈਪ ਤੇ ਲੋਹੇ ਦੀ ਪੈਪ ਵਿੱਚ ਪਾ ਦੀ, ਯਾਨੀ ਕਿ ਪਹਿਲਾਂ ਉਹ ਕਹਿੰਦਾ ਕਲੰਪ ਪਾ ਲਈ ਵਿੱਚ, ਫਿਰ ਲੋਹੇ ਦੀ ਪੈਪ ਪਾ ਕੇ ਤੇ ਉੱਤੋਂ ਕਲੰਪ ਕੱਸ ਦੀ ਤੇ ਮੈਟਰ ਸੋਲਵ। ਹੁਣ ਕੀ ਕਰਨਾ? ਹੁਣ ਮੈਨੂੰ ਬਸ ਸੁੱਕਾ ਕੱਪੜਾ ਲਿਆ ਦਿਓ, ਪੈਪ ਸਾਫ਼ ਕਰ ਲਾਂ, ਮਿੱਟੀ ਸਾਫ਼ ਕਰ ਲਾਂ ਪੈਪ ਤੋਂ, ਫਿਰ ਮੈਂ ਪਾਣੀ ਗਰਮ। ਹੁਣ ਮੈਂ ਸੁੱਕਾ ਕੱਪੜਾ ਤੁਹਾਨੂੰ ਕਿੱਥੋਂ ਲਿਆ ਕੇ ਦਵਾਂ? ਨਾਲੇ ਤਾਂ ਉਹ ਡੱਬੀ ਜੀ ਪਈ ਆ, ਉਹ ਉਹ ਪਿਆ ਹੱਥ ਜਿਹਾ ਚੱਕ ਕੇ ਲਿਆ ਦਿਓ, ਲਿਆ ਦਿਓ ਮੈਨੂੰ ਉਹ ਹੈਂਡ ਲਿਆ ਬਲੂ ਕਲਰ ਵਾਲਾ। ਦੇਖੋ ਜੀ ਉਹ ਬੂਟੇ ਲਾਉਂਦੇ ਲਾਉਂਦੇ ਕਰਤਾ ਸਿਮਰਨ ਨੇ ਨੁਕਸਾਨ। ਆਹ ਹੈਂਡ ਚਾਹੀਦਾ, ਕਿਸ ਹੈਂਡ, ਬਹੁਤ ਵਧੀਆ ਚੀਜ਼ ਆ ਇਹ। ਕਿਵੇਂ ਹੁਣ ਕੀ ਰਹਿ ਗਿਆ? ਲਓ ਹੈਂਡ, ਇਹਨੂੰ ਨਾ ਹੁਣ ਮਿੱਟੀ ਮਿੱਟੀ 'ਚ ਕਰ ਦਿਓ। ਵਾਓ ਵਾਓ ਦੈਟਸ ਗ੍ਰੇਟ, ਵੱਡੇ ਦੈਸਟ ਗ੍ਰੇਟ ਦੇ ਸਾਰਾ ਕੰਮ ਖਰਾਬ ਕਰਤਾ ਚੱਕੇ। ਆ ਵੀ ਪਊਗਾ ਛੱਲਾ ਜਿਹਾ ਵਿੱਚ। ਲੋਸ਼ਨ ਜਿਹਾ ਵੀ ਲਿਆ ਦੋ, ਉੱਥੇ ਪਿਆ ਉਹ ਉੱਥੇ ਨਾਲ ਹੀ ਪਿਆ ਸੀਗਾ। ਕੀ ਸਲੋਸ਼ਨ? ਬਸ ਮੇਰਾ ਥੋੜਾ ਜਿਹਾ ਕੰਮ ਹੀ ਆ। ਤੇ ਮੈਨੂੰ ਪਹਿਲਾਂ ਨਹੀਂ ਕਹਿ ਸਕਦੇ ਸੀ ਗੇੜੀ ਕਢਾਈ ਲੈ ਲੈ ਫਿਰ ਮੇਰੇ? ਕੀ ਹੋ ਗੱਲ, ਗੇੜੇ ਨਾ ਕਢਾਇਆ ਕਰੋ ਮੇਰੇ। ਲਓ ਮੈਂ ਸੋਚਦਾ ਉਹ ਪਿੱਛੇ ਡਿੱਗ ਗਿਆ। ਹੁਣ ਚੱਕ ਕੇ ਲਿਆ ਕੇ ਦਈਏ ਸਲੋਸ਼ਨ। ਇੱਕ ਵਾਰੀ ਨਹੀਂ ਮੈਨੂੰ ਕੰਮ ਦੱਸਦੇ, ਵਾਰ ਵਾਰ ਗੇੜੇ ਕਢਾਉਣਗੇ ਮੇਰੇ ਤਾਂ। ਕਿੰਨਾ ਔਖਾ ਇੰਨਾ ਵਾਰੀ ਗੇੜੇ ਕੱਢਣੇ। ਇਹ ਮਿਲ ਗਿਆ ਸਲੋਸ਼ਨ। ਇਹ ਆਪਾਂ ਉਹਦੇ ਬਣਾਉਂਦੇ ਪਏ ਸੀ ਨਾ, ਪੋਟ ਬਣਾਉਂਦੇ ਸੀ ਅਸੀਂ ਸਰਮੈਕੇ ਦੇ, ਕੱਟ ਕੇ ਉਹਦੇ ਲਿਆਂਦਾ ਸੀ। ਉੱਥੇ ਤਾਂ ਕੰਮ ਆਇਆ ਨਹੀਂ, ਇਹ ਤਾਂ ਹੀ ਬਚਿਆ ਰਹਿ ਗਿਆ ਵੀ ਇਹਨਾਂ ਦੇ ਘਰ ਆਹ ਨੁਕਸਾਨ ਹੋਣਾ। ਲਓ ਫੜੋ ਆਹ ਫੜੋ। ਇੱਕ ਮਿੰਟ ਪਹਿਲਾਂ ਮੈਨੂੰ ਥੋੜੀ ਜਿਹੀ ਵੈਬ ਵੱਢ ਲਾ ਹੋਰ। ਬਾਲੀ ਵੱਡੀ ਗੀਜ਼ਰ ਛੱਡਿਆ ਗਿਆ ਹਨਾ? ਗੀਜ਼ਰ ਛੱਡਿਆ ਹੋਇਆ ਕਿ ਨਹੀਂ? ਵੱਡੀ ਆ ਜਾਊਗੀ ਕਿ ਸੈੱਟ ਆ? ਨਹੀਂ ਹੋਣੀ, ਕਿ ਥੋੜੀ ਜਿਹੀ ਵੱਢਣੀ ਪੈਣੀ। ਇਹਦੇ ਚ ਲੋਹੇ ਦਾ ਟੋਟਾ ਪੈਂਦਾ ਹੁੰਦਾ? ਲੋਹੇ ਦਾ ਹੀ ਪੈਂਦਾ ਜੀ ਇਹਦੇ ਚ। ਦੇਖੋ ਕਿੰਨੇ ਸਿਆਣੇ ਵੀਰੋ, ਮੈਨੂੰ ਪੋਪਲੂ ਮਿਲਾ, ਮਿਲੇ ਹਵੀ ਜੀ, ਮਿਲੇ ਹਵੀ ਜੀ, ਕਿੰਨੇ ਸਿਆਣੇ ਆ ਨਾ। ਨੁਕਸਾਨ ਕਰਕੇ ਆਪੇ ਆਰਾਮ ਨਾਲ ਚੁੱਪ ਚਾਪ ਲੱਗੇ ਰਹਿੰਦੇ ਆ ਨਾ, ਕਿਸੇ ਨੂੰ ਦੱਸਦੇ ਵੀ ਨਹੀਂ। ਮੈਂ ਕੀ ਪਤਾ ਨਹੀਂ ਕੀ ਸ਼ਾਂਤ ਜਿਹਾ ਮੋਲ, ਇੰਨਾ ਸ਼ਾਂਤ ਮੋਲ ਲੱਗੇ ਪਏ ਆਰਾਮ ਨਾਲ ਹੀ। ਮੈਂ ਕਿਹਾ ਚਲੋ ਮੈਂ ਬਚ ਜੂੰਗਾ। ਨਹੀਂ ਕਿਵੇਂ ਬਚ ਜਾਂਦੇ, ਪਰ ਤੁਸੀਂ ਤਾਂ ਮੈਨੂੰ ਲੱਭ ਲਿਆ। ਲੱਭਣਾ ਹੀ ਸੀ। ਹੁਣ ਪੈਪ ਪਾਉਣੀ ਇਹਦੇ ਵਿੱਚ? ਪਾਵਾਂਗੇ, ਪੈਪ ਪਾਏ ਬਿਨਾਂ ਤਾਂ ਗੱਡੀ ਨਹੀਂ ਚੱਲਣੀ। ਓਕੇ ਮਿਲ ਗਿਆ ਪੇਚਕਸ। ਹਾਂਜੀ ਵੱਡਾ ਪੇਚਕਸ ਲੈ ਕੇ ਆਇਆ ਅੰਦਰਲੇ ਘਰੋਂ, ਇੰਨੇ ਕੰਮ ਪਿੱਛੇ ਇੰਨੇ ਗੇੜੇ ਕੱਢਣੇ ਪਏ। ਤੇ ਹੋਰ ਉਧਰ ਤਾਂ ਨਹੀਂ ਦੱਸਿਆ ਹਲੇ? ਨਾ ਨਾ ਨਹੀਂ ਦੱਸਿਆ। ਮੈਂ ਕਿਉਂ ਦੱਸਾਂ? ਮੈਂ ਕਿਹ ਦੱਸਿਆ, ਮੈਨੂੰ ਵੀ ਦੱਸਿਆ ਸੀਗਾ। ਚਲੋ ਕੋਈ ਗੱਲ ਨਹੀਂ, ਮੈਨੂੰ ਆਇਆ ਸੀ ਚਲੋ ਪਹਿਲਾਂ ਮੈਟਰ ਸੋਲਵ ਹੀ ਕਰਦਾ। ਤੁਹਾਨੂੰ ਆਇਆ ਸੀ ਵੀ ਨੰਬਰ ਲੈ ਲਾਂ ਮੈਂ, ਇਕੱਲਾ ਹੀ ਕਰਕੇ ਕਹੂੰਗਾ। ਮੈਂ ਤਾਂ ਪੈਪ ਤੋੜ ਕੇ ਆਪ ਹੀ ਜੋੜਤੀ। ਹੋ ਗਏ ਤੇਰੀ ਮੇਰੀ ਜੋੜੀ ਰੱਬ ਨੇ ਬਣਾਈ ਆ ਤੂੰ ਨਹੀਂ ਆ ਤੇ ਵੇਖ ਲਓ ਵੀ ਜੋੜ ਐਂ ਲੱਗਦਾ। ਜਿਨ੍ਹਾਂ ਦੇ ਘਰੇ ਕੋਈ ਨੁਕਸਾਨ ਹੋ ਜੇ, ਕਿਸੇ ਨੇ ਆਪਦੀ ਗਲਤੀ ਛਪਾਉਣੀ ਹੋਵੇ ਤਾਂ ਐਂ ਛਪਾ ਸਕਦਾ। ਇੱਕ ਕੰਮ ਕਰੋਗੇ? ਕੀ? ਉਹ ਗੇਟ ਵਾਲ ਛੱਡਣਾ। ਮੈਂ ਜਾਣੀ ਹਾਂ, ਮੈਂ ਤੁਹਾਨੂੰ ਕਿਹਾ ਹੀ ਸੀਗਾ ਗੇਟ ਵਾਲ ਤੋੜ ਨਾ ਲਿਓ। ਉਹ ਮੇਰੇ ਤੋਂ ਛੱਡਿਆ ਨਹੀਂ ਆਉਂਦਾ, ਤੁਸੀਂ ਜਾਓ ਕਿਤੇ ਉੱਥੋਂ ਮੈਂ ਨੁਕਸਾਨ ਕਰਦਾ। ਮੂੰਹ ਜਿਹਾ ਲੈ ਕੇ ਆ ਜਾ ਫਿਰ ਆਪਦਾ ਕਰੋ। ਗੇਟ ਵਾਲ ਔਨ ਕਰੋ, ਮੈਂ ਦੇਖਦੀ ਹਾਂ ਤਰਕੀ ਹੁੰਦਾ।
बचत आ बस इतना काम नुकसान बहुत बड़ा ही ना बस ओके वेरी गुड वेरी नाइस वेल डन वेल डन डन आई एम डन आई हैव डन आई हैव डन हां आई हैव डन लो जी वेरी गुड इधर डन हो चुका ते कोई लिखी नहीं ते परमात्मा वल्लो जोड़ा नहीं लग गया ते मेनु गाना मिलनी है मिस्त्री लंबना पड़ना है फिर जोड़ लाना पड़ना है ते सो हुणे ममुद्दा पहले गैप कर दूंगा हुण आज दी मिट्टी है ते सड़ देनी है मैं सारी कर दो सेट करके ਔਨ ਦੀ ਸਪੋਰਟ ਸਾਰਾ ਪਾਪਾ ਨੂੰ ਪਤਾ ਲੱਗਣਾ ਸੀ ਉਹਨੇ ਕਹਿਣਾ ਇਸ ਮਿਸਤਰੀ ਲੈ ਕੇ ਆਓ ਐਵੇਂ ਹੀ ਕਰਨਾ ਇੱਥੇ ਸਿਰ ਪਤਾ ਲੱਗੂਗਾ ਤਾਂ ਇੱਕ ਸ਼ਖਸ ਨੂੰ ਲੱਗ ਸਕਦਾ ਉਹ ਵੀ ਸਾਡਾ ਤਾਇਆ ਜੇ ਉਹਨੇ ਖੋਜ ਕੱਢ ਲਈ ਤਾਂ ਤੇ ਨਹੀਂ ਉਹਨੂੰ ਵੀ ਨਹੀਂ ਮੈਟਰ ਦਾ ਪਤਾ ਲੱਗਣਾ ਮੈਂ ਮੈਟਰ ਗੈਪ ਕਰਤਾ ਚਲੋ ਕਰੋ ਜਲਦੀ ਇਦੋਂ ਪਹਿਲਾਂ ਕੋਈ ਆ ਕੇ ਖੜ ਜੇ ਮਿੱਟੀ ਪਾ ਦਾਂ ਪਹਿਲਾਂ ਮਿੱਟੀ ਤੱਕ ਉਹ ਇਹਨੂੰ ਸਾਰੇ ਮੈਟਰ ਨੂੰ ਗੈਪ ਕਰੋ ਇਦੋਂ ਪਹਿਲਾਂ ਕਿ ਕੋਈ ਆਵੇ ਤੇ ਇਹਨੂੰ ਕਰੋ ਗੈਪ एक करी नाटक कस के तो इन ना हो बाले ना कस गया लो जी तुसी की कही अंदर सी पैर भी पाऊगी इत्थे मेरी गल तो समझ दे ही नहीं के लेकिन है नहीं जे कोई माड़ी मोटी होगी तो आपे कवर हो जूगी सोंदा गया लो जी नुवाए टकता ਫਿਰ ਆਪਾਂ ਸਰਪ੍ਰਾਈਜ਼ ਦੇਣਾ ਇੱਕ ਨਬੂ ਨੂੰ ਹੁਣ ਉਹਦੇ ਪਤਾ ਲੱਗੂ ਕੀ ਸਰਪ੍ਰਾਈਜ਼ ਆ ਮੈਨੂੰ ਸਰਪ੍ਰਾਈਜ਼ ਮਿਲੂਗਾ ਕੱਪੜੇ ਕੁੱਪੜੇ ਮਿਲਣਗੇ ਕੋਈ ਕੱਪੜੇ ਇਹ ਤਾਂ ਉਹਨੂੰ ਨਹੀਂ ਮਿਲੂਗਾ ਸਰਪ੍ਰਾਈਜ਼ ਹੀ ਹੁੰਦਾ ਸਰਪ੍ਰਾਈਜ਼ ਹੁੰਦਾ ਬਸ ਫਿਰ ਸਰਪ੍ਰਾਈਜ਼ ਹੁੰਦਾ ਸੋਹਣਾ ਜਿਹਾ ਗਿਫਟ ਕੀ ਦਊਂਗੇ ਲਿਆ ਕੇ ਫਿਰ ਸਰਪ੍ਰਾਈਜ਼ ਕੀ ਲੈ ਗਿਆ ਜਿਹੜਾ ਮੈਨੂੰ ਦੱਸੋਗੇ ਕੀ ਲੈ ਕੇ ਦਊਂਗੇ क्यों नहीं दसना गा दस नहीं सकते दस दो दस नहीं सकते मेरे तो तुसी कुछ ऐसे वैसे लगा नहीं सकते ये जब हमारे तुसी चोरी नहीं तड़े तो लगा ही गई ये वाली ताजे तुसी ना इधर आओगे पहले हम तो गैप कर देंगे अच्छा इधर आ गए जान का सरप्राइज की हाँ जान का कैंडी रोड मेनू है उधर ना भी दस हो मेनू की सरप्राइज दस दोगे कोई दस दोगे चोरी फड़ ली फिर भुल पुछा जी अगे तो मैं इदा गड़बड़ नहीं करा जो करा तो मैं पनिशमेंट मिलेगी नहीं मिलती नहीं ला लिया पहले तो मैं दस बाद हाँ जी हो गया मुद्दा गायब सिमरन का तो मिलते हैं तानू नवे व्लॉग के नाल नैक्सट सो उदों तक स्टे ट्यून टेक केयर बाय ठंड तो बचे रहो।